ਇੱਕ ਲੋਕ ਸਭਾ ਮੈਂਬਰ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ, ਨਾਮ ਤਾਂ ਉੱਥੇ ਆਇਆ ਪਰ ਉਹ ਖੁਦ ਨਹੀਂ ਆਏ। ਉਹ ਖੁਦ ਕਿਉਂ ਨਹੀਂ ਆ ਸਕੇ? ਹੁਣ ਉਸਦੇ ਮਾਪੇ ਬੜੇ ਕਰਲਾਏ ਆ, ਉਹ ਬੋਲਿਆ, ਉਹ ਕਹਿੰਦੇ ਅਸੀਂ ਤਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਰਾਹੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾ ਚੁੱਕੇ ਹਾਂ ਕਿ ਲੋਕਾਂ ਦਾ ਫਤਵਾ ਹੈ ਜੀ, ਔਰ ਆਰਜ਼ੀ ਰਿਹਾਈ ਕਰ ਦਿਓ, ਪੈਰੋਲ ਦੇ ਦਿਓ, ਸਹੁੰ ਤਾਂ ਚੁੱਕਣ, ਘੱਟੋ ਘੱਟ ਜਿਹੜੇ ਕੰਮ ਲਈ ਲੋਕਾਂ ਨੇ ਚੁਣਿਆ ਉਸ ਕੰਮ ਨੂੰ ਲੈ ਕੇ ਕਹਿੰਦੇ ਬਾਹਰ ਕਿਉਂ ਨਹੀਂ ਕੱਢ ਰਹੀਆਂ। ਇਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਦੋਵਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ, ਕਹਿੰਦੇ ਦੋਵੇਂ ਜ਼ਿੰਮੇਵਾਰ ਹੈ ਇਸ ਦੇ ਕੰਮ ਦੇ ਲਈ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਡੇ ਪੁੱਤ ਨੂੰ ਡਿਬਰੂਗੜ੍ਹ ਤੋਂ ਲਿਆ ਕੇ ਪਾਰਲੀਮੈਂਟ ਲੈ ਕੇ ਆਉਂਦੇ, ਉੱਥੇ ਸਹੁੰ ਚੁਕਾਉਂਦੇ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ, ਉਸ ਤੋਂ ਬਾਅਦ ਅਗਲਾ ਕੰਮ ਸਾਡੇ ਚੁਣੇ ਹੋਏ MP ਨੇ ਕਰਨਾ, ਅੰਮ੍ਰਿਤਪਾਲ ਸਿੰਘ ਨੇ ਕਰਨਾ। ਅਤੇ ਤਰਸੇਮ ਸਿੰਘ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਦੇ ਬਾਪੂ ਨੇ, ਉਹ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਦਿਖਾਈ ਦੇ ਰਹੇ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ, ਮੰਨ ਕੇ ਜੇ ਪੰਜਾਬ ਸਰਕਾਰ ਚੱਲੇ ਕਿ ਜਿਹੜੇ ਖਡੂਰ ਸਾਹਿਬ ਦੇ ਲੋਕਾਂ ਦਾ ਫਤਵਾ ਮਨਜ਼ੂਰ ਨਹੀਂ ਕਰ ਰਹੀ। ਲੋਕਾਂ ਦਾ ਫਤਵਾ ਜਿਹੜਾ ਉਹ ਸਭ ਤੋਂ ਇਹ ਕਹਿ ਸਕਦੇ ਕਿ ਲੋਕ ਅਦਾਲਤ ਹੈ। ਜਦੋਂ ਤੁਸੀਂ ਲੋਕ ਅਦਾਲਤ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਤੁਸੀਂ ਆਪਣੀ ਗੱਲ ਕੋਈ ਨਵੀਂ ਬਿਪਤਾ ਸਹੇੜ ਰਹੇ ਹੋ। ਮੈਨੂੰ ਇਸ ਮਸਲੇ ਲੱਗਦਾ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਕਿਸੇ ਟ੍ਰੈਪ ਦੇ ਵਿੱਚ ਫਸ ਚੁੱਕੀ ਆ। ਹੁਣ ਸਵਾਲ ਹੈ ਕਿ ਜਾਂ ਤਾਂ ਹਿੰਦੁਸਤਾਨ ਦੇ ਵਿੱਚ ਰੂਲ ਬਣ ਜੇ ਕਿ ਜਿਹਦੇ ਖਿਲਾਫ਼ NSA ਲੱਗਾ ਉਹ ਇਲੈਕਸ਼ਨ ਹੀ ਨਹੀਂ ਲੜ ਸਕਦਾ, ਜਾਂ ਤਾਂ ਇੱਦਾਂ ਦੀ ਅਮੈਂਡਮੈਂਟ ਕਰ ਲੈਣੀ ਚਾਹੀਦੀ ਕਿ ਜਿਨ੍ਹਾਂ ਦੇ ਖਿਲਾਫ਼ ਪਰਚੇ ਦਰਜ ਨੇ। ਹੁਣ ਪਾਰਲੀਮੈਂਟ ਦੇ ਵਿੱਚ 46% ਲੋਕ ਨੇ ਜਿਹੜੇ ਕ੍ਰਿਮੀਨਲ ਬੈਕਗਰਾਊਂਡ ਤੋਂ ਨੇ, NSA ਇੱਕ ਪੋਲੀਟੀਕਲ ਬੈਕਗਰਾਊਂਡ ਆ। ਹੁਣ ਅਜਿਹੀ ਸਥਿਤੀ ਦੇ ਵਿੱਚ ਅਗਰ ਪੰਜਾਬ ਸਰਕਾਰ ਉਹਨੂੰ ਸਹੁੰ ਨਹੀਂ ਚੁੱਕਣ ਦਿੱਤੀ ਹੈਗੀ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਅਗਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲਿਖ ਕੇ ਭੇਜ ਦਿੰਦੇ, ਉਹਨਾਂ ਨੂੰ ਆਰਜ਼ੀ ਤੌਰ 'ਤੇ ਸਹੁੰ ਚੁੱਕਣ ਦਾ ਮੌਕਾ ਮਿਲ ਸਕਦਾ। ਲੇਕਿਨ ਇਹ ਜਿਹੜਾ ਲੋਕਾਂ ਦਾ ਗੁੱਸਾ ਹੋਰ ਵਧਿਆ, ਕਿਉਂਕਿ ਅੰਮ੍ਰਿਤਪਾਲ ਸਿੰਘ ਇਹ ਨਹੀਂ ਕਿ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਬਹੁਤ ਹਰਮਨ ਪਿਆਰਾ ਬਣ ਚੁੱਕਾ ਸੀ, ਨਹੀਂ, ਲੋਕਾਂ ਨੇ ਕਿਹਾ ਕਿ ਉਹਦੇ ਨਾਲ ਧੱਕਾ ਹੋਇਆ, ਇਸ ਕਰਕੇ ਉਹਨੂੰ ਬਾਹਰ ਕੱਢਣਾ। ਕਿਉਂਕਿ ਲੋਕਾਂ ਨੂੰ ਇਹ ਲੱਗਦਾ ਸੀ ਕਿ ਜੇ ਕਿਸੇ ਦੇ ਖਿਲਾਫ਼ NSA ਲੱਗਾ ਹੋਵੇ, ਉਹਨੂੰ ਜਿਤਾ ਕੇ ਭੇਜੀਏ ਤਾਂ ਉਹ ਬਾਹਰ ਆ ਜੂਗਾ। ਕਿਉਂਕਿ ਲੋਕਾਂ ਨੇ ਤਜਰਬਾ 89 ਦੇ ਵਿੱਚ ਪਹਿਲਾਂ ਕੀਤਾ ਸੀ, ਉਸ ਤਜਰਬੇ ਦੇ ਚੱਲਦਿਆਂ ਹੀ ਅੰਮ੍ਰਿਤਪਾਲ ਹੋਣਾ ਨੂੰ ਵੋਟਾਂ ਪਾਈਆਂ ਨੇ 89 ਦੇ ਵਿੱਚ। ਸਿਮਰਨਜੀਤ ਸਿੰਘ ਮਾਨ ਹੋਣਾ ਜਦੋਂ ਜੇਲ੍ਹ ਦੇ ਵਿੱਚ, ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ। ਹੁਣ ਅੰਮ੍ਰਿਤਪਾਲ ਨੂੰ ਇਸੇ ਕਰਕੇ ਲੋਕਾਂ ਪਾਈਆਂ ਸੀ ਕਿ ਸਰਕਾਰ ਨੇ ਜਿਹੜਾ ਧੱਕਾ ਕੀਤਾ। ਸਰਕਾਰ ਦੀ ਅਸਲ ਵਜ੍ਹਾ ਹੈ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਈਨ ਭੰਨੀਆਂ, 9 ਵਿਧਾਨ ਸਭਾ ਹਲਕੇ ਸਿਰਫ਼ ਕਪੂਰਥਲਾ ਤੋਂ ਅੰਮ੍ਰਿਤਪਾਲ ਨੂੰ ਨਹੀਂ ਲੀਡ ਮਿਲੀ, ਬਾਕੀ ਤਾਂ 8 ਤੋਂ ਲੀਡ ਮਿਲੀ, ਔਰ ਸਵਾਏ ਕੁਲਬੀਰ ਸਿੰਘ ਜੀਰਾ ਤੋਂ। ਬਾਕੀ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ, BJP ਦੇ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ। ਅਜਿਹੀ ਸਥਿਤੀ 'ਚ ਉਹਨਾਂ ਦੇ ਮਾਪਿਆਂ ਦਾ ਛੱਡੋ, ਜਿਹੜੇ ਖਡੂਰ ਸਾਹਿਬ ਦੇ ਲੋਕ ਨੇ ਉਹ ਵੀ ਕਹਿਣਗੇ ਕਿ ਅਸੀਂ ਤਾਂ ਉਹਨੂੰ ਬਾਹਰ ਕੱਢਣ ਵਾਸਤੇ ਪਾਏ ਕਿ ਸਰਕਾਰ ਨੇ ਧੱਕਾ ਕੀਤਾ। ਅਤੇ ਜੇ ਸਰਕਾਰ ਅੱਜ ਵੀ ਧੱਕਾ ਕਰਦੀ ਆ ਤਾਂ ਫਿਰ ਕੱਲ੍ਹ ਨੂੰ ਵਿਧਾਨ ਸਭਾ ਦੇ ਵਿੱਚ ਹੋਰ ਰੌਲਾ ਪਏਗਾ, ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ, ਅਤੇ ਉਹਦੇ ਨਾਲ ਕਾਨੂੰਨ ਵਿਵਸਥਾ 'ਤੇ ਵੀ ਅਸਰ ਪਏਗਾ। ਅਤੇ ਅਜਿਹੀ ਸਥਿਤੀ 'ਚ ਫਿਰ ਵੱਡੇ ਪੱਧਰ 'ਤੇ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਮੰਨੀ ਜਾਏਗੀ। ਇਹਦੇ ਹੁਣ ਪੰਜਾਬ ਸਰਕਾਰ, ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਦੇਖਣਾ ਕਿ ਆਖਿਰ ਉਹ ਅੰਮ੍ਰਿਤਪਾਲ ਨੂੰ ਦੇ ਖਿਲਾਫ਼ ਜਿਹੜਾ NSA ਲੱਗਾ ਉਹ ਕਿਉਂ ਨਹੀਂ ਤੋੜਨਾ ਚਾਹੁੰਦੀ ਹੈਗੀ, ਔਰ ਨਾ ਪਹਿਲੇ ਵਾਲਾ ਜਿਹੜਾ ਬੋਰਡ ਬਣਾਇਆ ਸੀ ਉਹਦੀ ਰਿਪੋਰਟ ਦਿੱਤੀ, ਅਤੇ ਨਾ ਦੂਜੇ ਵਾਲੇ ਜਿਹੜਾ ਬੋਰਡ ਦੀ ਸਿਫਾਰਸ਼ 'ਤੇ NSA ਵਧਾਇਆ ਗਿਆ। ਇਹ ਜਿਹੜੀ ਸਥਿਤੀ ਆ ਇਹ ਅੱਜ ਪੰਜਾਬ ਸਰਕਾਰ ਨੂੰ ਸੌਖੀ ਲੱਗਦੀ ਹੋਏਗੀ, ਕਿਉਂਕਿ ਪੰਜਾਬ ਸਰਕਾਰ ਬੜੀ ਇਹ ਨਾ ਸਮਝ ਦੇ ਤੌਰ 'ਤੇ ਆਪਣੀ ਪਛਾਣ ਦਿਖਾ ਰਹੀ ਹੈ। ਸਮਝੀ ਵਾਲੀ ਸਰਕਾਰ ਹੁੰਦੀ, ਉਹਦੇ ਜਿਹੜੇ ਤਰੀਕੇ ਹੁੰਦੇ ਨੇ ਉਹ ਬੜੇ ਗੰਭੀਰਤਾ ਹੁੰਦੇ, ਸੁਹਿਰਦ ਹੁੰਦੇ ਨੇ। ਅਜਿਹੀ ਸਥਿਤੀ 'ਚ ਲੱਗਦਾ ਕਿ ਜਿਹੜੀ ਇਹਨਾਂ ਦੀ ਪੰਜਾਬ ਸਰਕਾਰ ਦੀ ਜਿਹੜੀ ਡੋਰ ਆ, ਜਾਂ ਇਹਨਾਂ ਨੂੰ ਕੋਈ ਤੁਣਕਾ ਹੋਰ ਕੋਈ ਮਾਰਿਆ ਹੈਗਾ,
ਪਤੰਗ ਜਾਂ ਗੁੱਡੀ ਕਿਸੇ ਹੋਰ ਦੇ ਹੱਥ ਆ, ਇਹ ਤਾਂ ਬਸ ਡੋਰ ਫੜ ਕੇ ਹੀ ਖਲੋਤੇ ਨੇ। ਹੁਣ ਇਹ ਜਿਹੜਾ ਸਥਿਤੀ ਆ ਕਿ ਅਗਰ ਖਡੂਰ ਸਾਹਿਬ ਦੇ ਲੋਕ ਸੜਕਾਂ 'ਤੇ ਆ ਗਏ, ਹਾਈਵੇ 'ਤੇ ਆ ਗਏ, ਵਿਧਾਨ ਸਭਾ ਪਹੁੰਚ ਗਏ, ਫਿਰ ਕਿਵੇਂ ਹੋਏਗਾ? ਫਿਰ ਕਾਨੂੰਨ ਵਿਵਸਥਾ ਵਿਗੜੇਗੀ, ਔਰ ਪੰਜਾਬ ਦੀ ਅਗਰ ਕਾਨੂੰਨ ਵਿਵਸਥਾ ਵਿਗੜਦੀ ਆ ਉਹਦੇ ਨਾਲ ਨੁਕਸਾਨ ਪੰਜਾਬ ਸਰਕਾਰ ਦਾ ਹੀ ਹੋਏਗਾ, ਪੰਜਾਬ ਦਾ ਹੋਏਗਾ। ਅਜਿਹੀ ਸਥਿਤੀ 'ਚ ਸਰਕਾਰ ਨੂੰ ਚੰਗੇ ਸਲਾਹਕਾਰਾਂ ਦੀ ਲੋੜ ਆ ਕਿ ਜਿਹੜਾ ਉਹ ਸਮਝਣ, ਅੱਜ ਅੰਮ੍ਰਿਤਪਾਲ ਨੂੰ ਛੱਡਦੇ ਨੇ ਅਤੇ ਉਹਦੇ ਆਉਣ ਵਾਲੇ ਸਮੇਂ 'ਚ ਕੀ ਰਿਜ਼ਲਟ ਨੇ, ਅਤੇ ਜੇ ਤੁਸੀਂ ਉਹਨੂੰ ਬਾਹਰ ਹੀ ਨਹੀਂ ਕੱਢੋਗੇ ਤਾਂ ਉਹਦੇ ਕੀ ਰਿਜ਼ਲਟ ਮਾੜੇ ਹੋਣਗੇ। ਮੈਨੂੰ ਤਾਂ ਲੱਗਦਾ ਕਿ ਪੰਜਾਬ ਸਰਕਾਰ ਅਜਿਹੀ ਸਥਿਤੀ ਦੇ ਵਿੱਚ ਆਪਣੇ ਲੈਵਲ 'ਤੇ ਆਪਣਾ ਇੱਕ ਪੋਲੀਟੀਕਲ ਡਿਸੀਜਨ ਲੈਣ, ਆਪਣੀ ਇੱਕ ਇੱਛਾ ਸ਼ਕਤੀ ਦੇ ਤਹਿਤ ਫੈਸਲਾ ਲੈਣ, ਕਿਸੇ ਹੋਰ ਦੀ ਇੱਛਾ ਸ਼ਕਤੀ ਦੇ ਨਾਲ ਇਹ ਫੈਸਲਾ ਨਾ ਲਾਗੂ ਕਰਨ। ਔਰ ਅਜਿਹੀ ਸਥਿਤੀ ਦੇ ਵਿੱਚ ਹੁਣ ਉਹਨਾਂ ਦੇ ਵਾਸਤੇ, ਉਹਨਾਂ ਦੇ ਮਾਪਿਆਂ ਵਾਸਤੇ ਜਾਂ ਅੰਮ੍ਰਿਤਪਾਲ ਸਿੰਘ ਹੋਣਾ ਦੇ ਸਮਰਥਕਾਂ ਵਾਸਤੇ ਇੱਕੋ ਵਿਕਲਪ ਰਹਿ ਗਿਆ, ਉਹ ਆ ਹਾਈ ਕੋਰਟ। ਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨਹੀਂ ਨਿਬੇੜਾ ਦਿੰਦੇ ਤਾਂ ਫਿਰ ਸੁਪਰੀਮ ਕੋਰਟ ਆ। ਪਰ ਇਹ ਕਿ ਇੱਕ ਚੁਣੇ ਹੋਏ ਐਮ ਪੀ ਨੂੰ 5 ਸਾਲ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ, ਇਹ ਆਪਣੇ ਆਪ 'ਚ ਇੱਕ ਵੱਡੀ ਚੁਣੌਤੀ ਆ ਕਿ ਆਖਿਰ ਕਿਉਂ ਨਹੀਂ ਬਾਹਰ ਕੱਢਿਆ ਜਾ। ਜਿਨ੍ਹਾਂ ਦੇ ਖਿਲਾਫ ਤੇ ਅਗਵਾ ਕਰਨ ਦੇ, ਰੇਪ ਦੇ, ਬਲਾਤਕਾਰ ਦੇ, ਕਤਲ ਦੇ, ਫਰੌਤੀਆਂ ਦੇ ਪਰਚੇ ਦਰਜ ਹੋਏ ਨੇ, ਉਹ ਤਾਂ ਸਾਰੇ ਦੇ ਸਾਰੇ ਸਹੁੰ ਚੁੱਕ ਗਏ, ਅਤੇ ਜਿਨ੍ਹਾਂ ਦੇ ਖਿਲਾਫ NSA ਲੱਗਾ ਉਹਨੂੰ ਜਿਹੜੀ ਆ ਉਹ ਸਹੁੰ ਨਹੀਂ ਚੁਕਾਈ ਗਈ। ਇਹ ਆਪਣੇ ਆਪ 'ਚ ਇੱਕ ਚਰਚਾ ਦਾ ਵਿਸ਼ਾ ਬਣ ਚੁੱਕੀ ਆ ਇਹ ਪਹਿਲੂ। ਉਸ ਪਹਿਲੂ 'ਤੇ ਹੁਣ ਸਭ ਤੋਂ ਵੱਡਾ ਸਵਾਲ ਆ ਕਿ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਆ, ਉਹ ਹੁਣ ਦੇਖਦੇ ਕਿ ਪੰਜਾਬ ਸਰਕਾਰ ਇਸ ਡਿਸੀਜਨ ਨੂੰ ਕਿਵੇਂ ਦੇਖਦੇ ਹੈਗੇ ਨੇ, ਕਿ ਜੋ ਸਰਕਾਰ ਸੋਚ ਕੇ ਬੈਠੀ ਆ ਪੰਜਾਬ ਦੇ ਹਿੱਤ 'ਚ ਆ ਜਾਂ ਫਿਰ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਆ, ਇਹ ਪੰਜਾਬ ਸਰਕਾਰ ਨੇ ਫੈਸਲਾ ਕਰਨਾ। ਪਰ ਕਿਸੇ ਨੂੰ 5 ਸਾਲ ਜੇਲ੍ਹ ਦੇ ਵਿੱਚ ਰੱਖਣਾ, ਫਿਰ ਇਹ ਬਹੁਤ ਵੱਡਾ ਇੱਕ ਪੰਜਾਬ ਸਰਕਾਰ ਵਾਸਤੇ ਐਡਾ ਵੱਡਾ ਚੈਲੰਜ ਬਣ ਜਾਏਗਾ, ਜਿਸ ਕਰਕੇ ਸਰਕਾਰ ਨੂੰ ਫਿਰ ਆਪਣੀ ਜਿਹੜੀ ਰਾਜਸੀ ਸਥਿਤੀ ਆ ਉਹ ਸੰਭਾਲਣੀ ਔਖੀ ਹੋ ਜਾਏਗੀ।